ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਮੇਰੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਮੁਕਤਸਰ ਮੇਲੇ 'ਤੇ ਪਹੁੰਚੇ ਹੋਏ ਹਾਂ ਅਤੇ ਬਾਕੀ ਕਾਫੀ ਦਿਨ ਹੋ ਗਏ ਲੰਘ ਗਈ ਆ, ਪਰ ਮੇਲਾ ਇੱਥੇ ਬਹੁਤ ਦਿਨ ਚੱਲਦਾ ਰਹਿੰਦਾ ਅਤੇ ਅੱਜ ਸਾਡਾ ਸਰਦ ਕਹਿੰਦਾ ਸੀ ਮੈਂ ਮੇਲੇ ਜਾਣਾ ਅਤੇ ਝੂਲਿਆਂ 'ਤੇ ਝੂਟੇ ਲੈਣੇ ਨੇ ਅਤੇ ਅੱਜ ਅਸੀਂ ਉਹਨੂੰ ਮੇਲੇ 'ਚ ਲੈ ਕੇ ਆਏ ਹੋਏ ਹਾਂ ਇੱਥੇ ਅਤੇ ਝੂਟੇ ਦਵਾਉਣ ਵਾਸਤੇ, ਨਾਲੇ ਤੁਹਾਨੂੰ ਮੇਲੇ ਦੀ ਰੌਣਕ ਦਿਖਾਉਂਦੇ ਹਾਂ। ਬਹੁਤ ਜ਼ਿਆਦਾ ਰੌਣਕ ਆ ਮੇਲੇ ਦੇ ਵਿੱਚ ਅਤੇ ਨਾਲੇ ਤੁਹਾਨੂੰ ਝੂਲਿਆਂ ਦੇ ਵੀ ਸਾਰੇ ਝੂਲੇ ਵੀ ਦਿਖਾਵਾਂਗੇ ਅਤੇ ਆਓ ਦੇਖਦੇ ਹਾਂ। ਤੁਸੀਂ ਵੀ ਵੀਡੀਓ ਨੂੰ ਇੰਜੋਏ ਕਰੋ ਜੀ ਅਤੇ ਦੇਖੋ ਵੀਡੀਓ। ਮੇਲੇ ਦੇ ਵਿੱਚ ਬਹੁਤ ਰੌਣਕ ਹੁੰਦੀ ਹੈ, ਜਿਹੜੀ ਚੀਜ਼ ਮੇਲੇ ਦੇ ਵਿੱਚ ਆਉਂਦੀ ਆਪਾਂ ਨੂੰ ਆਮ ਨਹੀਂ ਮਿਲਦੀ ਜਿਵੇਂ ਬਾਜ਼ਾਰ ਦੇ ਵਿੱਚ। ਇੱਥੇ ਹਰ ਤਰ੍ਹਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ ਮਾਘੀ ਵਿੱਚ ਆਉਂਦੀਆਂ ਨੇ ਅਤੇ ਲੋਕ ਖਰੀਦਦਾਰੀ ਵੀ ਕਰਦੇ ਨੇ ਅਤੇ ਇੱਥੇ ਜਿਵੇਂ ਸੇਲ ਵਗੈਰਾ ਵੀ ਲੱਗਦੀਆਂ ਰਹਿੰਦੀਆਂ ਨੇ ਅਤੇ ਇਸ ਕਰਕੇ ਵੀ ਇੱਥੇ ਲੋਕ ਜਿਹੜੀਆਂ ਚੀਜ਼ਾਂ ਜਿਵੇਂ ਕਰੋਕਰੀ ਦਾ ਸਮਾਨ ਜਾਂ ਕੋਈ ਹੋਰ ਸਪੈਸ਼ਲ ਚੀਜ਼ਾਂ ਮਾਘੀ 'ਚ ਮਿਲਦੀਆਂ ਨੇ। ਹੁਣ ਜੇ ਆਪਾਂ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਬਾਜ਼ਾਰ ਦੇ ਵਿੱਚੋਂ ਅਤੇ ਉੱਥੇ ਜੋ ਮੇਲਾ ਵੇਖਣਾ ਬਹੁਤ ਹੀ ਵਧੀਆ ਲੱਗਦਾ ਮਾਘੀ ਦੇ ਮੇਲੇ 'ਚ ਜਾਣਾ ਅਤੇ ਉੱਥੇ ਨਵੀਆਂ ਨਵੀਆਂ ਸ਼ੋਪਿੰਗ ਵੀ ਹੁੰਦੀ ਰਹਿੰਦੀ ਨਵੀਆਂ ਨਵੀਆਂ ਚੀਜ਼ਾਂ ਦੀ ਅਤੇ ਆਓ ਦੇਖਦੇ ਹਾਂ ਆਪਾਂ ਮਾਘੀ ਦਾ ਮੇਲਾ। ਜੇ ਤੁਹਾਨੂੰ ਮੇਰੇ ਵੀਡੀਓ ਪਸੰਦ ਆਉਂਦੀ ਹਨ ਤਾਂ ਮੇਰੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ, ਸ਼ੇਅਰ ਕਰਿਆ ਕਰੋ ਜੀ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਆਜੋ ਆਓ ਮਾਘੀ ਦੇਖਦੇ ਹਾਂ ਆਪਾਂ ਸਾਰਾ ਮੇਲਾ। ਦੇਖੋ ਸਾਡਾ ਹਸਰਤ ਜਿਹੜਾ ਝੂਲੇ ਦੇ ਝੂਟੇ ਲੈ ਰਿਹਾ, ਪੀਲਾ ਪਟਕਾ ਬੰਨਿਆ ਹਸਰਤ ਨੇ ਅਤੇ ਬਹੁਤ ਇੰਜੋਏ ਕਰਦਾ ਝੂਲੇ ਦੇ ਝੂਟੇ ਲੈ ਕੇ। ਇਹਨੂੰ ਬਹੁਤ ਸ਼ੌਕ ਆ, ਜਿੱਦਣ ਦੀ ਮਾਘੀ ਲੰਘੀ ਆ ਉੱਦਣ ਦਾ ਕਹੀ ਜਾਂਦਾ ਵੀ ਮੈਂ ਮੇਲੇ ਅੱਜ ਬਹੁਤ ਖੁਸ਼ ਆ ਮੇਲੇ 'ਚ ਆ ਕੇ। ਦੇਖੋ ਇਹ ਸਾਰੇ ਝੂਲਿਆਂ ਦੇ ਝੂਟੇ ਲਊਗਾ, ਹੁਣ ਇਸ ਝੂਲੇ 'ਤੇ ਬੈਠ ਗਿਆ ਅਤੇ ਹੁਣ ਇਹਦੇ ਝੂਲੇ 'ਚ ਵੀ ਝੂਟੇ ਲਊਗਾ। ਇਹਨੂੰ ਝੂਟੇ ਲੈਣ ਕਰਕੇ ਇਹ ਮੇਲੇ ਦੇ ਵਿੱਚ ਆਇਆ। ਆਪਣਾ